ਖੰਨਾ ਦੇ ਨੇੜਲੇ ਪਿੰਡ ਭੌਰਲਾ ਵਿਖੇ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ ਅਤੇ ਧੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਕਾਨ ਮਾਲਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਸਦੇ ਮਕਾਨ ਦੀ ਹਾਲਤ ਪਿਛਲੇ ਕਾਫ਼ੀ ਸਮੇਂ ਤੋਂ ਖਸਤਾ ਬਣੀ ਹੋਈ ਸੀ, ਜਿਸ ਬਾਰੇ ਉਸਨੇ ਕਈ ਵਾਰ ਪੰਚਾਇਤ ਨੂੰ ਜਾਣੂ ਵੀ ਕਰਵਾਇਆ, ਪਰੰਤੂ ਕਿਸੇ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ। ਪਰਮਜੀਤ ਪਰਮਜੀਤ ਕੀ ਹੋਇਆ ਤੁਹਾਡੇ ਮਕਾਨ ਨਾਲ? ਜਵਾਬ ਥੱਲੇ ਕੰਮ ਕਰਦੇ ਸੀ, ਘਰ ਵਾਲੇ ਤਾਂ ਪੂਰੀ ਸੀ, ਉਹਦਾ ਪੂਰਾ ਡਿੱਗ ਗਿਆ ਜੀ। ਕਿੰਨਾ ਕੁ ਪੁਰਾਣਾ ਮਕਾਨ ਸੀਗਾ? ਪੁਰਾਣਾ ਹੈਗਾ ਜੀ। ਤੁਸੀਂ ਕੰਮ ਕੀ ਕਰਦੇ ਹੋ? ਕੰਮ ਦਿਹਾੜੀ ਜੋਤੇ ਹੀ ਕਰਦਾ ਜੀ। ਕਿੰਨੇ ਜਣੇ ਜ਼ਖਮੀ ਹੋਏ ਨੇ ਇਹਦੇ ਵਿੱਚ? ਹਾਂਜੀ, ਦੋ। ਕੌਣ ਕੌਣ? ਘਰ ਵਾਲੀ ਅਤੇ ਇੱਕ ਕੁੜੀ ਜੀ। ਅੱਛਾ ਜੀ, ਕੁੜੀ ਕਿੰਨੇ ਸਾਲ ਦੀ ਆ? ਕੁੜੀ ਹੈਗੀ 12-13 ਦੀ, 12 ਸਾਲ ਦੀ। 12। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਹੈਂ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਮੰਗਣਾ ਜੀ ਦੇਖੋ, ਛੋਟੀ ਮਾਂ ਲੱਗੀ ਹੋਈ ਸੀ, ਦੋਨੇ ਮਾਵਾਂ ਧੀਆਂ ਥੱਲੇ ਕੰਮ ਕਰਦੀਆਂ ਸੀਗੀਆਂ। ਥੱਲੇ ਉਹਦੇ ਉਹਨਾਂ ਦੇ ਉੱਤੇ ਜੱਕਦਮ ਗਿਰ ਗਿਆ, ਪਤਾ ਨੀ ਲੱਗਾ ਹੈਗਾ ਵੀ ਕੀ ਹੋਇਆ ਕੀ ਨਹੀਂ। ਦੋਨਾਂ ਦੇ ਥੱਲੇ ਗਿਰ ਗਿਆ, ਉਹਦੇ ਸਿਰ 'ਚ ਲੱਗੀ ਸੱਟ, ਦੂਜੇ ਦੇ ਛੋਟੀ ਦੇ ਲੱਗੀਆਂ ਨੇ, ਰਗੜਾਂ ਲੱਗੀਆਂ ਨੇ। ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦਾ? ਹੁਣ ਇਹਨਾਂ ਦਾ ਦੇਖ ਲਓ, ਹੁਣ ਤੁਹਾਡੇ ਮੋਹਰੇ ਹੀ ਹੈਗਾ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨਾ ਕੁ ਨਹੀਂ। ਹੁਣ ਉਹਦੇ ਸੱਟਾਂ ਲੱਗੀਆਂ ਨੇ, ਸਿਰ 'ਚ ਲੱਗੀ ਆ, ਹੁਣ ਗੁਲੂਕੋਸ਼ ਲੱਗ ਰਿਹਾ ਨੇ, ਪਤਾ ਨਹੀਂ ਹੁਣ ਕੀ ਬਣੂਗਾ ਕੀ ਨਹੀਂ ਹੁਣ ਉਹਨਾਂ ਦਾ। ਉੱਧਰ ਇਸ ਸੰਬੰਧੀ ਜਦੋਂ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੰਚਾਇਤ ਵੱਲੋਂ ਮਤਾ ਪਾ ਕੇ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ ਅਤੇ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇਗੀ। ਮੈਂ ਸਰਪੰਚ ਹਰਜਿੰਦਰ ਸਿੰਘ ਭੌਰਲਾ, ਜੋ ਸਾਡੇ ਪਿੰਡ ਮਕਾਨ ਦੀ ਛੱਤ ਡਿੱਗੀ ਆ, ਬਹੁਤ ਮਦਭਾਗਾ ਹਾਦਸਾ ਹੋਇਆ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਹ ਗਰੀਬਾਂ ਨਾਲ ਵਿਚਾਰਿਆਂ ਨਾਲ ਘਟਨਾ ਵਾਪਰੀ ਆ, ਮੈਂ ਆਪਣੀ ਪੰਚਾਇਤ ਨਾਲ ਮਿਲ ਕੇ ਮਤਾ ਪਾ ਕੇ ਸਰਕਾਰ ਕੋਲ ਭੇਜੂੰਗਾ, ਇਹਨਾਂ ਨੂੰ ਮਾਲੀ ਮਦਦ ਦਿੱਤੀ ਜਾਊਗੀ।